पंजाब दे बहुत सारे शहरां दे विच सवेर तो ही रुक रुक के बरसात हो रही है और जिन्हां शहरां दे विच बरसात दा कहर नजर आया सचमुच उत्थे चारे पासे पानी पानी नजर आउण लग पिया। सोशल मीडिया ते बहुत सारियां वीडियो वायरल हो रही ने। अचानक बरसात दा आउणा हर इक लई विपता दा सबब बनिया क्योंकि उही टाइम ऑफिस विच जाण आउण वालियां दा हुंदा है, उही बच्चियां दे स्कूल जाण दा टाइम हुंदा है और किते ना किते सड़कां च भरिया पानी जिहड़ा है उसने हर इक दी जिंदगी जिहड़ी है उतल पुतल कर दित्ती और दफ्तरां विच पहुंचना भी बड़े टाइम दे नाल पहुंचना पैंदा है। लेकिन बरसात ने सचमुच प्रशासन दी सरकारां दी पोल खोल के रख दित्ती। जिहड़े वड्डे वड्डे अपना वधिया प्रशासन देण दे दावा करदे ने जां लोकां नूं भरोसा देंदे ने, लेकिन दोस्तों सवेर तो हो रही बारिश ने लोकां दे जनजीवन दे उपर काफी प्रभाव जिहड़ा पाया है और लोग अपने कम्मां कारां ते पहुंचना चाहुंदे सन क्योंकि बहुत सारे प्राइवेट ऑफिस जिहड़े कि शनिवार नूं भी खुले हुंदे आ। ठीक है, सरकारी ऑफिस दे विच छुट्टी होएगी, लेकिन सवाल यह है कि हर एक दी मतलब जिहड़ी रोजी रोटी है काम काज दे नाल जुड़ी हुई है। सरकारां जिथे कि वड्डे वड्डे दावे करदियां ने कि हुण पानी इत्थे एक बूंद भी नहीं बरसात दा देखण नूं मिलेगा, बरसात पएगी पानी गायब, बरसात पएगी पानी गायब, लेकिन उह सारियां गल्लां ने घर उच्चे हो चुके ने और उच्चा ਦਾ ਪਾਣੀ ਨਿਮਾਣ ਵੱਲ ਜਾਂਦਾ ਹੈ। ਸਾਰੇ ਮਹੱਲੇ ਦਾ ਪਾਣੀ ਆ ਕੇ ਸੜਕਾਂ ਤੇ ਇਕੱਠਾ ਹੋ ਜਾਂਦਾ ਹੈ। ਸੜਕਾਂ ਤੇ ਬਣੀਆਂ ਹੋਈਆਂ ਦੁਕਾਨਾਂ ਜਿਹੜੀਆਂ ਪੂਰੀ ਤਰ੍ਹਾਂ ਗੰਦੇ ਪਾਣੀ ਦੇ ਨਾਲ ਭਰ ਜਾਂਦੀਆਂ ਨੇ, ਜਾਂ ਕੋਈ ਕਾਰ ਜਾਂ ਬਾਈਕ ਆਉਣ ਜਾਣ ਵਾਲਾ ਹੋਵੇ ਉਸ ਦੇ ਨਾਲ ਵੀ ਪਾਣੀ ਦਾ ਜਿਹੜਾ ਪ੍ਰੈਸ਼ਰ ਪੈਂਦਾ ਹੈ ਇੱਕਦਮ ਦੁਕਾਨ ਦੇ ਅੰਦਰ ਜਾਂਦਾ ਹੈ ਔਰ ਦੁਬਾਰਾ ਫਿਰ ਵਾਪਸ ਆ ਜਾਂਦਾ ਹੈ। ਦੁਕਾਨ ਦੇ ਵਿੱਚ ਪਿਆ ਹੋਇਆ ਸਮਾਨ ਜਿਹੜਾ ਹੈ ਪੂਰੀ ਤਰ੍ਹਾਂ ਨਸ਼ਟ ਹੋ ਜਾਂਦਾ ਹੈ, ਖਰਾਬ ਹੋ ਜਾਂਦਾ ਹੈ, ਉਹ ਕਿਸੇ ਵੀ ਤਰ੍ਹਾਂ ਵਰਤਣ ਦੇ ਲਾਇਕ ਨਹੀਂ ਰਹਿੰਦਾ। ਜੇ ਉਹ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਉੱਚਾ ਰੱਖਦੇ ਨੇ, ਲੇਕਿਨ ਸਵਾਲ ਇੱਥੇ ਇਹੀ ਹੈ ਕਿ ਭਾਈ ਆਪਣਾ ਬਚਾਅ ਕਰਨਾ ਪਏਗਾ, ਆਪਣੇ ਬਚਾਅ ਵਾਸਤੇ ਸਾਨੂੰ ਕੋਈ ਨਾ ਕੋਈ ਠੋਸ ਕਦਮ ਚੱਕਣਾ ਪਏਗਾ। ਬਰਸਾਤ ਦੇ ਪਾਣੀ ਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ, ਕੋਈ ਰੂਪ ਰੇਖਾ ਨਹੀਂ ਹੁੰਦੀ, ਕਿਉਂਕਿ ਬਰਸਾਤ ਨੇ ਤਾਂ ਪੈਣਾ ਹੀ ਪੈਣਾ ਹੈ, ਉਸਨੇ ਰੁਕਣਾ ਨਹੀਂ ਹੈ। ਜੇ ਪੈਣ ਲੱਗ ਪਈ ਤਾਂ ਉਸਨੇ ਪਈ ਹੀ ਜਾਣਾ ਹੈ ਤੇ ਪਾਣੀ ਜਿਹੜਾ ਹੈ ਉਹ ਉਚਾਈ ਤੋਂ ਨਿਮਾਣ ਵੱਲ ਵਧੀ ਜਾਣਾ ਹੈ। ਸਵੇਰੇ ਇਸ ਕਦਰ ਬਰਸਾਤ ਹੋਈ ਕਿ ਸੱਚਮੁੱਚ ਪ੍ਰਸ਼ਾਸਨ ਦੀ ਸਰਕਾਰਾਂ ਦੇ ਵੱਡੇ ਵੱਡੇ ਦਾਅਵੇ ਕਰਨ ਵਾਲਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸਵਾਲ ਇਹ ਹੈ ਕਿ ਬਰਸਾਤ ਤੋਂ ਪਹਿਲਾਂ ਸਾਨੂੰ ਕਿਸ ਤਰ੍ਹਾਂ ਦੇ ਇੰਤਜ਼ਾਮ ਕਰਨੇ ਚਾਹੀਦੇ ਹੈ, ਕਮੈਂਟ ਜ਼ਰੂਰ ਦੇਣਾ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।